वेलकम टू खन्ना न्यूज़ लाइव। कल पायल थाने विच लोक इंसाफ पार्टी दे आगू मनविंदर सिंह ग्यासपुरा ते उन्हां दे साथियां दी पुलिस वल्लों कीती कुटमार उपरांत जख्मी हालत विच सिविल हस्पताल खन्ना विखे दाखल कीता गया। ग्यासपुरा ते उन्हां दे चार साथियां दा पता लैण लई आगू ते विधायक सिमरनजीत सिंह बैंस अते आम आदमी पार्टी विरोधी धिर दे आगू हरपाल सिंह चीमा पुज्जे। इस दौरान हरपाल सिंह चीमा ने कहा कि कैप्टन सरकार विच लोकतंत्र दा घाण हो रहा है अते सच दी आवाज बुलंद करन वालियां ते तशद्दुद टाए जा रहे हन। उन्हां कहा कि लिप जो भी संघर्षी प्रोग्राम उलीकेगी उसका आम आदमी पार्टी वालों पूरा समर्थन होगा। इस दौरान खन्ना दे आम आदमी पार्टी दे रणजीत सिंह तमोड़ ते धर्मिंदर सिंह रूपराय की अगवाई हेठां SSP ਨੂੰ ਮੰਗ ਪੱਤਰ ਦਿੰਦਿਆਂ ਕਿਹਾ ਕਿ ਗਿਆਸਪੁਰਾ ਲੰਬੇ ਸਮੇਂ ਤੋਂ ਮਨੁੱਖੀ ਅਧਿਕਾਰਾਂ ਦੀ ਲੜਾਈ ਲੜ ਰਹੇ ਹਨ ਅਤੇ ਉਹਨਾਂ ਤੇ ਥਾਣੇ ਅੰਦਰ ਕੀਤਾ ਗਿਆ ਹਮਲਾ ਦਸਤਾਰ ਲਾਉਣ ਅਤੇ ਦਾੜੀ ਪੁੱਟਣ ਦੀ ਕਾਰਵਾਈ ਬੜੀ ਨਿੰਦਣਯੋਗ ਹੈ। ਉਹਨਾਂ ਮੰਗ ਕੀਤੀ ਕਿ ਪਾਇਲ ਤੇ ਮਲੋਦ ਥਾਣੇ ਦੇ ਮੁਖੀਆਂ ਅਤੇ ਹੋਰ ਦੋਸ਼ੀ ਪੁਲਿਸ ਮੁਲਾਜ਼ਮਾਂ ਵਿਰੁੱਧ ਤੁਰੰਤ ਬਣਦੀ ਕਾਰਵਾਈ ਕੀਤੀ ਜਾਵੇ। ਕੈਪਟਨ ਸਾਹਿਬ ਤੋਂ ਮੰਗ ਕਰਤਾ ਕਿ ਜਿਹੜਾ SHO ਆ ਜਿਹੜਾ ASI ਆ ਤੁਰੰਤ ਉਹਦੇ ਖਿਲਾਫ 307 ਮੁਕੱਦਮਾ ਦਰਜ ਹੋਣਾ ਚਾਹੀਦਾ, ਤੁਰੰਤ ਉਹਨੂੰ ਫੜ ਕੇ ਜਿਹੜਾ ਜੇਲ੍ਹ 'ਚ ਰੱਖਣਾ ਚਾਹੀਦਾ, ਤੁਰੰਤ ਜਿਹੜਾ ਹੈਗਾ ਉਹਨੂੰ ਤੁਰੰਤ ਪ੍ਰਭਾਵ ਵਿੱਚ ਡਿਸਮਿਸ ਕਰਨਾ ਚਾਹੀਦਾ ਸਰਵਿਸ ਵਿੱਚ। ਇਸ ਇਹਨਾਂ ਵਿਅਕਤੀਆਂ ਦੇ ਖਿਲਾਫ ਕਾਰਵਾਈ ਕਰਨ ਦੀ ਬਜਾਏ ਇਨਸਾਫ ਸੰਦ ਲੋਕਾਂ 'ਤੇ ਕਾਰਵਾਈ ਕੀਤੀ ਹੈਗੀ, ਇਹਨਾਂ ਨੂੰ ਕੁੱਟਿਆ ਗਿਆ ਗਾ, ਬਹੁਤ ਮਾੜੀ ਗੱਲ ਹੈ, ਮੈਂ ਨਿੰਦਾ ਕਰਦਾ। ਇਹ ਬਜ਼ੁਰਗਾਂ ਦੇ ਜੀ ਅਮਲਧਾਰੀ ਹੈਗੇ ਨੇ ਜੀ, ਉਹਨਾਂ ਦੇ ਕੇਸ ਪੱਟੇ ਗਏ ਆ, ਉਹਨਾਂ ਦੇ ਕੋਲ ਹਾਲਾਂਕਿ ਘਰ ਹੋ ਗਏ ਨੇ, ਮੈਂ ਰੱਖਿਆ ਜੀ ਕੇਸ ਵੀ ਰੱਖੇ ਹੋਏ ਆ, ਉਹ ਕਹਿੰਦੇ ਘਰਾਂ ਜਿਹੜੇ ਪੁੱਟੇ ਉਹਨਾਂ ਨੇ ਬਾਅਦ ਦੇ ਵਿੱਚ ਸਰਟੀਫਿਕੇਟ ਔਰ ਚ ਥਾਣੇ 'ਚ ਕੀਤਾ ਜਾਂਦਾ ਜੀ ਉਹਨਾਂ ਨੂੰ, ਅਤੇ ਉਹ ਦੇਸ਼ ਦੀ ਸੇਵਾ ਕਰ ਚੁੱਕੇ ਨੇ, ਸਾਬਕਾ ਫੌਜੀ ਨੇ। ਦੇਖੋ ਜਿਹੜੇ ਸਾਬਕਾ ਫੌਜੀ ਹੁੰਦੇ ਨੇਗੇ ਜਾਂ ਮਿਲਟਰੀ ਦੇ ਜਿਹੜੇ ਸੇਵਾ ਕਰਕੇ ਆਏ ਉਹ ਡਿਸਿਪਲਨ 'ਚ ਰਹਿੰਦੇ ਨੇਗੇ ਹਮੇਸ਼ਾ, ਕਦੇ ਉਹ ਡਿਸਿਪਲਨ ਨਹੀਂ ਤੋੜਦੇ। ਜੇਕਰ ਇਸ ਤਰ੍ਹਾਂ ਦੇ ਬਜ਼ੁਰਗਾਂ 'ਤੇ ਹਮਲਾ ਕੀਤਾ ਗਾ, ਇਹਨਾਂ ਦੇ ਕੇਸ ਪੁੱਟੇ ਗਏ ਨੇਗੇ, ਤਾਂ ਤੁਰੰਤ ਜਿਹੜੀਆਂ ਨੇ ਧਾਰਮਿਕ ਭਾਵਨਾ ਭੜਕਾਉਣ ਦਾ ਜਿਹੜਾ ਮੁਕੱਦਮਾ ਦਰਜ SHO ਦੇ ਖਿਲਾਫ ਹੋਣਾ ਚਾਹੀਦਾ ਗਾ। ਸੋ ਇਹ ਕਿਉਂਕਿ ਇਹ ਤਾਂ ਬਜ਼ੁਰਗ ਨੇਗੇ, ਇਹਨਾਂ ਤਾਂ ਇਨਸਾਫ਼ ਮੰਗਣ ਲਈ ਗਏ ਸੀ। ਸੋ ਅੱਜ ਪੰਜਾਬ ਦੇ ਹਾਲਾਤ ਨੇ ਜਿਹੜੇ ਪੁਲਿਸ ਸਟੇਸ਼ਨਾਂ ਦੇ ਵਿੱਚ ਜਾਂ SDMਾਂ ਦੇ ਦਫ਼ਤਰਾਂ ਦੇ ਵਿੱਚ ਜਿਹੜਾ ਵੀ ਕੋਈ ਇਨਸਾਫ਼ ਮੰਗਣ ਜਾਂਦਾ ਗਾ ਉਹਨੂੰ ਕੁੱਟਿਆ ਜਾਂਦਾ ਗਾ। ਪੂਰਾ ਕਾਂਗਰਸੀਕਰਨ ਜਿਹੜਾ ਹੈਗਾ ਸਾਫ਼ ਹੋ ਚੁੱਕਿਆ, ਪੰਜਾਬ ਪੁਲਿਸ ਦਾ ਕਾਂਗਰਸੀਕਰਨ ਕੀਤਾ ਹੋਇਆ ਗਾ, ਅਫਸਰਾਂ ਦਾ ਕਾਂਗਰਸੀਕਰਨ ਕੀਤਾ ਹੋਇਆ ਗਾ। ਸੋ ਇਸ ਤੋਂ ਮੈਨੂੰ ਇਸ ਤਰ੍ਹਾਂ ਲੱਗ ਰਿਹਾ ਕਿ ਪੰਜਾਬ ਵਿੱਚ ਕੋਈ ਰਾਜਾ ਨਹੀਂ ਕੰਮ ਕਰ ਰਿਹਾ, ਪੰਜਾਬ ਦਾ ਜਿਹੜਾ ਜੰਗਲ ਰਾਜ ਬਣਿਆ ਹੈਗਾ, ਲੁੱਟ ਖਸੁੱਟ ਇੱਥੇ ਹੋ ਰਹੀ ਆ, ਲੋਕਡਾਊਨ ਦੌਰਾਨ ਕਰਫਿਊ ਦੌਰਾਨ ਕਿਸ ਤਰ੍ਹਾਂ ਸ਼ਰਾਬ ਮਾਫੀਏ ਨੇ ਕੰਮ ਕੀਤਾ, ਕਿਸ ਤਰ੍ਹਾਂ ਪੰਜਾਬ ਵਿੱਚ ਉਸ ਦਾ ਰੇਤ ਮਾਫੀਆ ਚੱਲ ਰਿਹਾ, ਜੇਕਰ ਕੋਈ ਵਿਅਕਤੀ ਉਹਦੇ ਖਿਲਾਫ਼ ਆਵਾਜ਼ ਆਉਂਦਾ ਉਠਾਉਂਦਾ ਗਾ ਤਾਂ ਉਹਨੂੰ ਕੁੱਟਿਆ ਜਾਂਦਾ ਗਾ। ਸੋ ਤੁਰੰਤ ਪ੍ਰਭਾਵ ਜਿਹੜਾ ਹੈਗਾ ਇੱਥੇ ਦੇ SSP ਨੂੰ ਚਾਹੀਦਾ ਕਿ ਹੁਣੇ ਜਿਹੜਾ ਉਹ ਜਿੰਨੇ ਵੀ ਪੁਲਿਸ ਮੁਲਾਜ਼ਮ ਤੁਰੰਤ ਸਸਪੈਂਡ ਹੋਣ, ਡਿਸਮਿਸ ਹੋਣ, ਕਿਉਂਕਿ ਪਹਿਲਾਂ ਜਿਹੜਾ ਮਾਮਲਾ ਸਾਹਮਣੇ ਆਇਆ ਸੀਗਾ ਜਿਹੜਾ ਪਹਿਲਾਂ 3 ਨੌਜਵਾਨਾਂ ਨੂੰ ਨੰਗੇ ਕਰਨ ਦਾ ਰਜਿੰਦਰ ਸਿੰਘ ਵਾਲਾ ਸਾਹਮਣੇ ਆਇਆ ਸੀਗਾ। ਦੇਖੋ ਸੁਪਰੀਮ ਕੋਰਟ ਨੂੰ ਐਕਸ਼ਨ ਲੈਣਾ ਪਿਆ, ਹਾਈ ਕੋਰਟ ਨੂੰ ਐਕਸ਼ਨ ਲੈਣਾ ਪਿਆ, ਜਦੋਂ ਸਰਕਾਰਾਂ ਫੇਲ ਹੁੰਦੀਆਂ ਨੇ ਉਦੋਂ ਜਿਹੜੀਆਂ ਹੈਗੀਆਂ ਨੇ ਅਦਾਲਤਾਂ ਅੱਗੇ ਆਉਂਦੀਆਂ ਨੇਗੀਆਂ। ਸੋ ਉਸ ਕੇਸ ਦੇ ਵਿੱਚ ਵੀ ਸੁਪਰੀਮ ਕੋਰਟ ਨੇ ਡਿਸਮਿਸ ਕਰਕੇ ਕਮੈਂਟ ਕੀਤੇ ਗਏ ਕਿ ਇਹ ਜੰਗਲ ਰਾਜ ਪੰਜਾਬ 'ਚ ਬਣਿਆ ਹੋਇਆ, ਉਹੀ ਹਾਲਾਤ ਹੋਣ ਨੇਗੇ। ਇਸ ਤਰ੍ਹਾਂ ਲੱਗ ਰਿਹਾ ਕਿ ਇਸ ਬੈਠਕ ਦੇ ਵਿੱਚ ਤਾਂ ਬਹੁਤ ਜ਼ਿਆਦਾ ਇੱਕ ਤਰ੍ਹਾਂ ਦੇ ਪੰਜਾਬ ਪੁਲਿਸ ਨੇ ਪੰਜਾਬ ਆਪਣਾ ਅੱਤਵਾਦੀਆਂ ਰੋਲ ਅਦਾ ਕਰ ਰਹੀ ਹੈ ਪੰਜਾਬ ਪੁਲਿਸ, ਜਦਕਿ ਚਾਹੀਦਾ ਇਨਸਾਫ਼ ਦੇਣ ਦੀ ਗੱਲ ਸੀ, ਪਰ ਲੇਕਿਨ ਹੋ ਕੀ ਰਿਹਾ, ਉਲਟ ਹੋ ਰਿਹਾ। ਇਸ ਮਾਮਲੇ 'ਚ ਕਿਸੇ ਉੱਚ ਅਧਿਕਾਰੀ ਨਾਲ ਗੱਲਬਾਤ ਹੋਈ ਤੁਹਾਡੀ? ਨਹੀਂ, ਮੈਂ ਹੁਣੀ ਆਇਆਂਗਾ ਜੀ, ਮੈਂ ਜਾ ਕੇ ਪੰਜਾਬ ਦੇ DGP ਸਾਹਿਬ ਨਾਲ ਵੀ ਗੱਲ ਕਰਦਾਂਗਾ, ਪੰਜਾਬ ਦੇ CM ਦੇ ਆਫਿਸ 'ਚ ਵੀ ਗੱਲ ਕਰਦਾਂਗਾ, ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼, ਵੈਸੇ ਤਾਂ ਮਿਲਦੇ ਨਹੀਂ ਕਿਸੇ ਨੂੰ, ਮੈਂ ਕੋਸ਼ਿਸ਼ ਕਰਾਂਗਾ ਉਹਨਾਂ ਨਾਲ ਗੱਲ ਕਰਾਂ, ਪਰ DGP ਨਾਲ ਮੈਂ ਜ਼ਰੂਰ ਗੱਲ ਕਰਦਾਂਗਾ। SSP ਨੂੰ ਮਿਲ ਕੇ ਜਾਓਗੇ? ਨਹੀਂ, ਮੈਂ DGP ਨਾਲ ਗੱਲ ਕਰੂੰਗਾ, ਮੈਂ DGP ਨਾਲ ਗੱਲ ਕਰੂੰਗਾ, ਕਿਉਂਕਿ ਜੇਕਰ ਨਹੀਂ ਕਾਰਵਾਈ ਕਰਦੇ ਹੋ ਫਿਰ ਜਦੋਂ ਜਿਸ ਤਰ੍ਹਾਂ ਗਿਆਸਪੁਰਾ ਸਾਹਿਬ ਕਹਿਣਗੇ, ਜਿਸ ਤਰ੍ਹਾਂ ਸਮੁੱਚੇ ਜਿਹੜੇ ਹੈਗੇ ਨੇ ਖੰਨਾ ਨਿਵਾਸੀ ਕਹਿਣਗੇ, ਜਿਹੜਾ ਪ੍ਰੋਗਰਾਮ ਲਿਖਣਗੇ ਅਸੀਂ ਆਮ ਆਦਮੀ ਪਾਰਟੀ ਡਟ ਕੇ ਦਿੰਦੇ ਡਟ ਕੇ ਸਪੋਰਟ ਕਰਾਂਗੇ। ਤੋਂ ਲੜਦੇ ਆ ਰਹੇ ਨੇ, ਪੰਜਾਬ ਦੇ ਵਿੱਚ ਵੀ, ਹਰਿਆਣੇ ਦੇ ਵਿੱਚ ਵੀ ਬਹੁਤ ਉਹਨਾਂ ਨੇ ਕੰਮ ਕੀਤਾ ਹੈਗਾ। ਉਹ ਆਪਣਾ ਇਨਸਾਫ਼ ਲੈਣ ਲਈ ਮਕਸੂਦਰਾ ਪਿੰਡ ਦੇ ਕੁਛ ਵਿਅਕਤੀਆਂ ਨੂੰ ਇਨਸਾਫ਼ ਦਵਾਉਣ ਦੇ ਲਈ ਜਿਹੜਾ ਹੈਗਾ ਉਹਨਾਂ ਨੇ ਪੁਲਿਸ ਤੱਕ ਅਪਰੋਚ ਕੀਤੀ, ਪੁਲਿਸ ਕੋਲ ਚਲੇ ਗਏ ਔਰ ਉਸਦਾ BDPO ਕੋਲ ਗਏ, ਪਰ ਲੇਕਿਨ ਇਨਸਾਫ਼ ਦੇਣ ਦੀ ਥਾਂ 'ਤੇ ਪੰਜਾਬ ਪੁਲਿਸ ਨੇ ਉਹਨੂੰ ਕੁੱਟਿਆ, ਉਹਨਾਂ 'ਤੇ ਟੋਰਚਰ ਕੀਤਾ, ਕਿਸ ਤਰ੍ਹਾਂ ਉਹਦੇ ਗਲ ਦੇ ਵਿੱਚ ਰੱਸਾ ਪਾ ਕੇ ਖਿੱਚਿਆ ਗਿਆ, ਕਿਸ ਤਰ੍ਹਾਂ ਜਿਹੜਾ ਹੈਗਾ ਪਾਇਲ ਥਾਣੇ ਦਾ SHO ਮਲੌਦ ਥਾਣੇ ਦਾ SHO ਇਕੱਠੇ ਹੋ ਗਏ, ਉਹਨਾਂ ਦੇ ਜੁਰਮ ਢਾਲਿਆ, ਚੌਥੇ ਦਰਜੇ ਦਾ ਜਿਹੜਾ ਹੈ ਟੋਰਚਰ ਕੀਤਾ ਉਹਨਾਂ ਨੂੰ। ਸੋ ਮੈਂ ਇਹਦੀ ਨਿਖੇਧੀ ਕਰਦਾ ਔਰ ਮੇਰੀ ਮੰਗ ਆ ਪੰਜਾਬ ਸਰਕਾਰ ਤੋਂ, DGP ਸਾਹਿਬ ਤੋਂ ਮੰਗ ਆ, ਪੰਜਾਬ ਦੇ ਮੁੱਖ ਮੰਤਰੀ ਸਾਹਿਬ ਤੋਂ ਮੰਗ ਆ ਕਿ ਤੁਰੰਤ ਇਹਨਾਂ ਦੋਨੇ SHO ਦੇ ਖਿਲਾਫ 307 ਦਾ 295A ਦਾ ਪਰਚਾ ਦਰਜ ਕਰਕੇ ਇਹਨਾਂ ਨੂੰ ਜੇਲ੍ਹ 'ਚ ਭੇਜਿਆ ਜਾਵੇ ਔਰ ਤੁਰੰਤ ਡਿਸਮਿਸ ਕੀਤਾ ਜਾਵੇ, ਤਾਂ ਕਿ ਜਿਹੜਾ ਹੈਗਾ ਇਸ ਤਰ੍ਹਾਂ ਦੇ ਪੰਜਾਬ ਪੁਲਿਸ ਦੀ ਵਰਦੀ ਦੇ ਵਿੱਚ ਜਿਹੜੇ ਘਿਨਾਉਣੇ ਅਤੇ ਮਾੜੇ ਲੋਕ ਨੇ, ਜਿਹੜੇ ਮੈਂ ਸਮਝਦਾ ਗਾ ਇਹ ਦਾਗ ਨੇਗੇ ਪੰਜਾਬ ਪੁਲਿਸ 'ਤੇ, ਇਹ ਦਾਗ ਤਾਂ ਰਿਮੂਵ ਹੋ ਸਕਦੇ ਜੇਕਰ ਦੋਨਾਂ ਵਿਅਕਤੀਆਂ ਦੇ ਖਿਲਾਫ ਤੁਰੰਤ ਪਰਚਾ ਦਰਜ ਹੋ। ਜੇ ਪਗ ਲਾਈ ਸਰ ਉਹਦਾ ਕੀ ਕਾਰਵਾਈ ਕਰੋਗੇ?
295 बेअदबी की आ पुलिस ने तो 295 का परचा बनता गया 307 का परचा बनता गया कि उन्होंने मारन की कोशिश की गई हैगी। सो जो व्यक्ति पंजाब के अज्ज मनुखी अधिकार की गल करता करप्शन के अगेंस्ट बोलता गा सो पंजाब की भ्रिष्टाचारी सरकार जी कैप्टन साहब की उत्ते हमले करती है उन्होंने सारी पुलिस का कांग्रेसीकरण किया हो ठेके ने जोड़े सॉरी जो थाने के पुलिस स्टेशन ने गए वो ठेके से चढ़ रहे हैं। सो इतों पता लगता कि पंजाब सरकार ना की कोई चीज़ नहीं पंजाब जंगल से लवास बनया हो।